ਘਟਨਾ ਵਾਪਰੀ ਜੀ, ਮੈਂ 2:30 ਵਜੇ ਇੱਥੇ ਬਾਹਰ ਇੱਕ ਮਰਾ ਗੋ ਮੈਂ ਉੱਥੇ ਗਈ ਚਲੀ ਸੀਗੀ। ਇੱਕ ਮੇਰਾ ਪੁੱਤਰ ਚਾਰਾ ਇੱਕ ਮਾਣੂ ਮੰਜੇ ਤੇ ਪਿਆ ਤੇ ਮੈਂ ਉਹਦੇ ਕੋਲ ਕੁੜੀ ਨੂੰ ਮੈਂ ਛੱਡ ਕੇ ਆਈ ਸੀ। ਤੇ ਜਦੋਂ ਮੈਂ ਜਾ ਘਰੇ ਵਾਪਸ ਗਈ, ਸ਼ਾਮ ਨੂੰ 7 ਵਜੇ ਮੈਂ ਘਰੇ ਵਾਪਸ ਗਈ ਹਾਂ। ਤੇ ਜਿਹੜੇ ਅੰਦਰ ਮੇਰਾ ਮੁੰਡਾ ਪਿਆ ਗਾ ਉਹਦਾ ਵੀ ਬਾਹਰ ਲੱਗਾ ਪਿਆ ਸੀਗਾ। ਤੇ ਜਿਹੜੇ ਅੰਦਰ ਮੇਰੀ ਕੁੜੀ ਦੇ ਆ ਵੀ ਮਾਰ ਕੇ ਕਿਸੇ ਨੇ ਅੰਦਰ ਟੰਗਿਆ, ਕਤਲ ਦਾ ਕੇਸ ਪਾਇਆ। ਕਿੱਥੇ ਟੰਗੀ ਚੀਜ਼ ਸੀ, ਕਿਵੇਂ ਹਾਲਾਤ? ਅੱਖੇ ਦੇ ਨਾਲ, ਅੱਖੇ ਨਾਲ ਛੋਟੀ ਜਿਹੀ ਚੁੰਨੀ ਸੀ ਉਹਦੇ ਗਲ ਚ ਪਾਈ, ਅੱਖੇ ਨਾਲ ਟੰਗੀ ਗਈ। ਥੱਲੇ ਕੋਈ ਸਪੋਰਟ ਨਹੀਂ, ਥੱਲੇ ਕੋਈ ਕੁਛ ਨਹੀਂ ਹੈਗਾ ਸੀ। ਕੁੜੀ ਜਿਹੜੀ ਤੁਹਾਡੀ ਪੜ੍ਹਦੀ ਸੀਗੀ? ਹਾਂਜੀ ਪੜ੍ਹਦੀ, ਹੁਣ 10ਵੀਂ ਚ ਹੋਈ ਸੀ, ਪਹਿਲਾਂ 9ਵੀਂ ਕਲਾਸ ਚ। ਕੋਈ ਸ਼ੱਕ ਕਿਸੇ ਤੇ ਜਾਂ ਕੀ ਲੱਗਦਾ ਹੈ ਕੀ ਹੋਇਆ? ਚੱਕ ਜੀ ਸਾਥ ਦਾ ਗਵਾਂਢੀਆਂ ਦੇ ਕਰੇ ਕੋਈ ਇੱਕ ਮੁੰਡਾ ਆਉਂਦਾ ਸੀਗਾ, ਸਾਨੂੰ ਚੱਕ ਆਉਂਦਾ ਲੱਗਦਾ ਵੀ ਜੇ ਕੰਮ ਕੀਤਾ ਉਸ ਮੁੰਡੇ ਨੇ ਕੀਤਾ ਸਾਡੇ ਨਾਲ। ਉਸ ਮੁੰਡੇ ਦੀ ਕਿਉਂ ਇਹ ਕੰਮ ਕਿਉਂ ਕੀਤਾ, ਕੀ ਮਨਸ਼ਾ, ਕਿਵੇਂ ਲੱਗਿਆ? ਪਹਿਲਾਂ ਕੁੜੀ ਨੇ ਫੋਨ ਕਰਦਾ, ਸਾਡੀ ਕੁੜੀ ਨੇ ਫੋਨ ਚੱਕਿਆ ਨਹੀਂ ਹੁੰਦਾ, ਉਹ ਗੁੱਸੇ ਚ ਆ ਕੇ ਸਾਡੇ ਘਰੇ ਆ ਕੇ ਮੇਰੀ ਕੁੜੀ ਮਾਰ ਕੇ ਸੁੱਟ। 3 ਵਾਰੀ ਆਈ ਨੂੰ ਮਿਸ ਕਰ ਲਾਂ ਜੀ, ਮੇਰੀ ਕੁੜੀ ਨੇ ਫੋਨ ਨਹੀਂ ਚੱਕਿਆ। ਫਿਰ ਉਹ ਘਰੋਂ ਉਹਦੇ ਚ ਆ ਕੇ ਮੇਰੀ ਕੁੜੀ ਨੂੰ ਅੰਦਰ ਖਾਨੇ ਆ ਕੇ ਮਾਰ ਕੇ ਤੇ ਟਾਂਗ ਕੇ ਚਲੇ ਗਏ। ਕਰੇ ਕੋਈ ਹੋਰ ਹੈ ਨਹੀਂ ਸੀ ਉਹਦੇ ਨਾਲ, ਹੋਰ ਵੀ ਸੀ, ਹੋਰ ਵੀ ਮੁੰਡੇ। ਕੀ ਮੰਗਦੇ ਸਾਨੂੰ? ਮੈਂ ਸਾਨੂੰ ਤਾਂ ਜੀ ਇਨਸਾਫ ਮਿਲਣਾ ਚਾਹੀਦਾ ਹੈ, ਮੈਂ ਗਰੀਬ ਨਹੀਂ, ਸਾਨੂੰ ਇਨਸਾਫ ਹੋਣਾ ਚਾਹੀਦਾ ਜੀ, ਸਾਡਾ ਸਾਡੀ ਕੁੜੀ ਦਾ ਮੁੱਲ ਪੈਣਾ ਚਾਹੀਦਾ ਹੈ। ਆ ਮੇਰੀ ਬੇਨਤੀ ਹੈ ਜੀ, ਮੇਰੇ 3 ਹੀ ਬੱਚੇ ਸੀ, ਇੱਕ ਮੇਰਾ ਮੰਜੇ ਤੇ ਪਿਆ, ਮੇਰਾ ਕੁੜੀ ਤੇ ਮੁੰਡਾ ਤਿਰਦੇ ਸੀ, ਇੱਕ ਤਾਂ ਮੇਰੀ ਕਿਸੇ ਨੇ ਦੁਸ਼ਮਣੀ ਕਾਲੀ ਮਾਰ ਕੇ ਸਿੱਟਤਾ, ਇੱਕ ਮੇਰਾ ਪੁੱਤਰ ਮੰਜੇ ਤੇ ਪਿਆ, ਇੱਕ ਮੇਰੇ ਕੋਲ ਰਹਿ ਗਿਆ। ਇਸ ਗੱਲ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ, ਮੇਰੀ 15 ਸਾਲ ਦੀ ਕੰਨਿਆ, ਮੇਰੀ ਬੇਟੀ 15 ਸਾਲ ਦੀ ਮਾਰ ਕੇ ਤੇ ਪੱਕੇ ਨੂੰ ਲਟਕਾਈ ਗਈ ਹੈ, ਥੱਲੇ ਕੋਈ ਸਪੋਰਟ ਨਹੀਂ, ਥੱਲੇ ਕੁਛ ਨਹੀਂ ਹੈਗਾ ਸੀਗਾ, ਮੇਰੀ ਗੁੱਡੀ ਦੇ ਪੈਰਾਂ ਥੱਲੇ ਬੈੱਡ ਦੇ ਨਾਲ ਪੈਰ ਲੱਗੇ ਖੜੇ ਸੀ। ਮੇਰੀ ਬੇਟੀ ਨਾਲ ਇਹ ਵਾਰਦਾਤ ਹੋਈ ਹੈ ਕਿ ਅਸੀਂ ਤਾਂ ਸਵੇਰੇ ਜੋ ਪੁੱਤਰ 9 ਵਜੇ ਤੜਕੇ ਘਰ ਕੰਮ ਤੇ ਆ ਗਏ ਸੀ, ਮਿਹਨਤ ਮਜ਼ਦੂਰੀ ਕਰਦੇ, ਤੇ ਅਸੀਂ ਤਾਂ ਕੰਮ ਤੇ ਸੀ। ਉਸ ਤੋਂ ਬਾਅਦ ਸਾਨੂੰ ਇੱਥੋਂ 2 ਵਜੇ ਪਤਾ ਲੱਗਿਆ ਕਿ ਬਾਰੇ ਕੇ ਮਰਗ ਹੋ ਗਈ ਹੈ, ਤੇ ਮੈਂ ਘਰ ਫੋਨ ਕੀਤਾ ਤੇ ਮੇਰੀ ਬੇਟੀ ਨਾਲ ਮੇਰੀ ਗੱਲ ਹੋਈ ਆ, ਤੇ ਉਹਨੇ ਅੱਗੋਂ ਮੇਰੀ ਬੇਟੀ ਨੇ ਫੋਨ ਚੱਕਿਆ 2:30 ਵਜੇ ਤੇ ਮੈਂ ਕਿਹਾ ਆਪਦੀ ਮੰਮੀ ਨਾਲ ਗੱਲ ਕਰਾ, ਫਿਰ ਉਹਨੇ ਮੈਂ ਆਪਦੀ ਮੰਮੀ ਨਾਲ ਗੱਲ ਕਰਾਈ, ਤੇ ਫਿਰ ਉਸ ਤੋਂ ਬਾਅਦ ਮੈਨੂੰ ਕਿਹਾ ਵੀ ਤੂੰ ਬਾਰੇ ਕੇ ਚਲੀ ਜਾ। ਇਹ ਉੱਥੋਂ ਸਾਡੇ ਪਿੰਡ ਦੀ ਇੱਕ ਹੈਗੀ ਹੈ ਪਿੰਡ ਚੰਦੋ, ਚੰਦੋ ਨਾਂ ਦੀ ਬੀਬੀ, ਉਹ ਇਹਨੂੰ ਲੈ ਕੇ ਆ ਗਈ ਨਾਲ, ਤੇ ਉਹ ਇੱਥੇ ਇੱਧਰ ਇਹਨੂੰ ਬਸ ਐਵੇਂ ਟਾਈਮ ਵੇਸਟ ਕਰਦੀ ਫਿਰੀ, ਬਰਬਾਦ ਕਰਦੀ ਫਿਰੀ, ਮਤਲਬ ਵੀ ਉਹਨੂੰ ਵੀ ਮਤਲਬ ਵਿੱਚ ਪਤਾ ਸੀ ਜਾਣੀ ਕਿ ਇਹ ਘਟਨਾ ਤੇਰੀ ਆਪਣੀ ਮੁੰਡਿਆਂ ਨਾਲ ਗੱਲਬਾਤ ਸੀ। ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਵਾਪਸ ਗਈ 7 ਵਜੇ ਤਾਂ ਅੱਗੋ ਜਾ ਕੇ ਇਹਨੇ ਵੇਖਿਆ ਇੱਕ ਮੁੰਡਾ ਸਾਡਾ ਜਿਹੜਾ ਬੇਅੰਸੇ ਮੰਜੇ ਤੇ ਪਿਆ, ਉਹਦਾ ਦਰਵਾਜ਼ਾ ਬੰਦ ਸੀ ਤੇ ਇਹਦਾ ਖੁੱਲਾ ਸੀ, ਤੇ ਇਹਨੇ ਜਦੋਂ ਵੇਖਿਆ ਤੇ ਇੱਕ ਪੈਰ ਅੰਦਰ ਰੱਖਿਆ ਨਹੀਂ, ਤੇ ਇਹਨੇ ਵੇਖਿਆ ਉੱਪਰ ਲੜਕੀ ਪੱਖੇ ਨਾਲ ਲਟਕੀ ਹੋਈ ਸੀ, ਤੇ ਉਸ ਤੋਂ ਬਾਅਦ ਇਹਦੀ ਚੀਕ ਨਿਕਲ ਗਈ, ਤੇ ਜਿਹੜਾ ਪੱਖੇ ਦਾ ਸੋਚੇ ਉਹ ਆਉਣ ਸੀ, ਕਿਉਂ ਚੱਲਦੇ ਪੱਖੇ ਤੇ ਤਾਂ
ਵੇਖੋ ਕੋਈ ਵੀ ਬੰਦਾ ਚੱਲਦੇ ਪੱਖੇ ਤੇ ਕੋਈ ਵੀ ਨਹੀਂ ਫਾਇਆ ਲੈ ਸਕਦਾ, ਚੱਲਦੇ ਪੱਖੇ ਤੇ ਕੋਈ ਵੀ ਮੈਨੂੰ ਬੰਨ ਕੇ ਵਿਖਾਵੇ ਉੱਤੇ ਵੀ ਆਪੇ ਫਾਇਆ ਲੈ ਜਾ ਬੰਨਿਆ ਜਾ ਸਕਦਾ, ਤੇ ਉਹ ਚੱਲਦਾ ਪੱਖਾ। ਫਿਰ ਉਸ ਤੋਂ ਬਾਅਦ ਇਹਨੇ ਜਦੋਂ ਠੀਕ ਨਿਕਲ ਗਈ ਫਿਰ ਇਹਨੇ ਇਕੱਲੀ ਕੋਲ ਤੋਂ ਉਤਰਿਆ ਨਹੀਂ, ਫਿਰ ਸਾਡੇ ਗਵਾਂਢ ਭੱਜ ਕੇ ਆਇਆ, ਉਹਨਾਂ ਨਾਂ ਅਸ਼ੋਕ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ, ਤੇ ਇਹਨਾਂ ਨੇ ਆ ਕੇ ਉੱਤੋਂ ਦਾਤਰੀ ਨੇ ਰੱਸਾ ਵੱਢਿਆ। ਉਸ ਤੋਂ ਬਾਅਦ ਇਹਨੇ ਸਾਨੂੰ ਫੋਨ ਕੀਤਾ ਜਦੋਂ ਅਸੀਂ ਘਰ ਪਹੁੰਚੇ, ਮੁੰਡਾ ਹੈਗਾ ਸਾਡੇ ਗਵਾਂਢ ਨਾਲ, ਅੱਗੇ ਵੀ 5-7 ਵਾਰ ਜਾਂਦਾ, ਉਹ ਸਾਡੇ ਘਰ ਵੱਲ ਪਹਿਲਾਂ ਵੀ ਮਾੜੀ ਨਿਗਾਹ ਰੱਖਦਾ ਸੀ, ਕੁੜੀ ਨਾਲ ਬਲੈਕਮੇਲ ਕਰਦਾ ਸੀ, ਧੱਕਾ ਕਰਦਾ ਸੀ, ਤੇ ਇਸ ਕਾਰਨ ਮੇਰੀ ਕੁੜੀ ਦੀ ਮੌਤ ਹੋਈ ਹੈ। ਇਹਨਾਂ ਨੇ ਮਾਰ ਕੇ ਹੀ ਉਹਨੂੰ ਕੁੜੀ ਨੂੰ ਟੰਗਿਆ, ਮੈਨੂੰ ਪੱਕਾ ਦਾਅਵਾ ਜੀ, ਮੈਨੂੰ ਪੱਕਾ ਯਕੀਨ ਹੈ ਕਿ ਇਹਨਾਂ ਨੇ ਮਾਰਿਆ, ਇਸ ਮੁੰਡੇ ਨੇ ਮਾਰਿਆ। ਹਾਂ, ਤੇ ਉਹਦੇ ਨਾਲ ਕੋਈ 1-2 ਮੁੰਡੇ ਹੋਰ ਹੀ ਹੁਣ ਉਹ ਘਰੋਂ ਜਦੋਂ ਇੱਥੇ ਉਹਨੂੰ ਪਤਾ ਚੱਲਿਆ ਵੀ ਮੇਰਾ ਨਾਂ ਆ ਗਿਆ, ਉਹ ਉਹਨੂੰ ਇੱਥੋਂ ਘਰੋਂ ਨਿਕਲ ਗਿਆ, ਤੇ ਪੁਲਿਸ ਦੀ ਮਤਲਬ ਵੀ ਅਸੀਂ ਪੁਲਿਸ ਨੂੰ ਕਿਹਾ ਸਾਨੂੰ ਅੱਜੋ ਸਾਨੂੰ ਇਨਸਾਫ ਚਾਹੀਦਾ, ਪੁਲਿਸ ਉਹਨਾਂ ਨੂੰ ਜਾਂ ਉਹਦੇ ਕੋਈ ਹੋਰ ਰਿਸ਼ਤੇਦਾਰ ਜਾਂ ਕਿਸੇ ਨੂੰ ਅਰੈਸਟ ਕਰੇ ਤੇ ਫਿਰ ਆਪੇ ਮੁੰਡਾ ਪੇਸ਼ ਹੋਵੇ। ਜੀ ਉਹ ਸੱਚਾ ਸੀ ਤਾਂ ਆਪਦੇ ਬੰਦੇ ਲੈ ਕੇ ਆਉਂਦਾ ਜੀ, ਉਹਦੇ 'ਚ ਕੋਈ ਗਲਤੀ ਨਹੀਂ ਸੀ। ਆਪ ਪੁਲਿਸ ਵਾਲੇ ਮਨੋਜ ਸਿੰਘ ਕਹਿ ਰਿਹਾ, ਕਹਿੰਦਾ ਵੀ ਠੀਕ ਹੈ ਤੁਹਾਡੀ ਕੁੜੀ ਬਿਲਕੁਲ ਉਹਦੇ 'ਚ ਕੋਈ ਗਲਤੀ ਨਹੀਂ, ਤੁਹਾਡੀ ਬਿਲਕੁਲ ਕੁੜੀ ਸਹੀ ਹੈ, ਤੇ ਇਹੀ ਮੁੰਡਾ ਜਿਹੜਾ ਮੰਗ ਸਾਨੂੰ ਇਹੀ ਇਨਸਾਫ ਚਾਹੀਦਾ ਜੀ। ਕੱਲ ਸਾਡੇ ਕੋਲ ਰਾਤ ਇੱਕ ਡੈਡ ਬੋਡੀ ਆਈ ਹੈ, ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪਿੰਡ ਗੱਟੀ ਰਾਜੋਕੇ ਤੋਂ, ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ, ਪਰ ਅਕੋਰਡਿੰਗ ਟੂ ਹਾਈਕੋਰਟ ਵੱਲੋਂ ਸਾਨੂੰ ਇਹ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਇੱਦਾਂ ਦੇ ਹੁੰਦੇ ਆ ਜਿਹਦੇ ਵਿੱਚ ਸੈਕਸ਼ੂਅਲ ਅਸੋਲਟ ਵੀ ਆਉਂਦਾ, ਮਰਡਰ ਦੇ ਕੇਸ ਵੀ ਹੈਗੇ ਆ, ਜਾਂ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟਰੈਂਗੂਲੇਸ਼ਨ ਹੈ ਕਿ ਹੈਂਗਿੰਗ ਹੈ, ਤਾਂ ਅਸੀਂ ਇਹੋ ਜਿਹੇ ਕੇਸ ਫਿਰ ਫੋਰੈਂਸਿਕ ਐਕਸਪਰਟ ਓਪੀਨੀਅਨ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ। ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ। ਬਰੋਡ ਡੈਡ ਸੀ।